ਫੁੱਲ ਵਰਗੀ ਤਾਂ ਓਏ ਕਿੱਥੇ ਚਿਲਕਦਾ ਪੀਟੀਸੀ ਐਂਟਰਟੇਨਮੈਂਟ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਇਹੋ ਜਿਹੀ ਪੰਜਾਬੀ ਫਿਲਮ ਦੇ ਔਨ ਲੋਕੇਸ਼ਨ ਸੈੱਟ 'ਤੇ ਜਿਸ ਦਾ ਜਿਹੜਾ ਟਾਈਟਲ ਹੈ ਉਹੀ ਆਪਣੇ ਆਪ 'ਚ ਬਹੁਤ ਦਿਲਚਸਪ ਅਤੇ ਦਮਦਾਰ ਹੈ। ਜੀ ਹਾਂ, ਫਿਲਮ ਦਾ ਨਾਮ ਹੈ ਕਿਰਦਾਰੇ ਸਰਦਾਰ ਅਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਇਸ ਫਿਲਮ ਦੇ ਲੀਡ ਐਕਟਰ ਨਵ ਬਾਜਵਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਰੀਪ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਪੀਟੀਸੀ ਪੰਜਾਬੀ ਦਾ ਸ਼ੋਅ ਦੇਖ ਰਹੇ ਨੇ। ਐਂਡ ਥੈਂਕ ਯੂ ਸੋ ਮਚ ਫੋਰ ਕਮਿੰਗ ਹੇਅਰ। ਨਵ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੰਪਲੀਮੈਂਟ ਦੇਣਾ ਚਾਹਾਂਗਾ ਕਿ ਤੁਸੀਂ ਜਦੋਂ ਵੀ ਦਸਤਾਰ ਸਜਾਉਂਦੇ ਹੋ ਬਹੁਤ ਵਧੀਆ ਲੱਗਦੇ ਹੋ, ਲੁਕਿੰਗ ਗੁੱਡ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ। ਅਤੇ ਜਿਸ ਤਰ੍ਹਾਂ ਇਹ ਫਿਲਮ ਦਾ ਜਿਹੜਾ ਟਾਈਟਲ ਹੈ ਕਿਰਦਾਰੇ ਸਰਦਾਰ, ਆਪਣੇ ਆਪ 'ਚ ਵੀ ਇਸ ਇਹ ਜਿਹੜਾ ਟਾਈਟਲ ਹੈ ਬਹੁਤ ਦਮਖਮ ਵਾਲਾ ਟਾਈਟਲ ਹੈ, ਬਹੁਤ ਅੱਛਾ ਟਾਈਟਲ ਹੈ, ਬੜਾ ਕੈਚੀ ਟਾਈਟਲ ਹੈ ਜੋ ਕਿ ਸਰਦਾਰਾਂ ਦੇ ਕੈਰੇਕਟਰਿਸਟਿਕਸ ਨੂੰ ਵੀ ਰਿਫਲੈਕਟ ਕਰਦਾ ਹੈ। ਕੀ ਹੋਵੇਗਾ ਇਸ ਫਿਲਮ 'ਚ, ਕੀ ਵੇਖਣ ਨੂੰ ਮਿਲੇਗਾ ਇਸ ਦੇ ਜ਼ਰੀਏ? ਦੇਖੋ, ਸਭ ਤੋਂ ਪਹਿਲਾਂ ਮੈਂ ਜਿਹੜੀਆਂ ਫਿਲਮਾਂ ਕੀਤੀਆਂ ਨੇ ਪਹਿਲਾਂ, ਚਾਹੇ ਉਹ ਪਿਓਰ ਪੰਜਾਬੀ ਤੋਂ ਸ਼ੁਰੂਆਤ ਹੋਈ ਸੀ, ਬਟ ਉਸ ਤੋਂ ਬਾਅਦ ਫਤਿਹ ਫਿਲਮ ਆਈ ਸੀ ਮੇਰੀ, ਕੁਕਨੂਸ ਹੈ ਔਰ ਹੋਰ ਵੀ ਜਿਹੜੀਆਂ ਫਿਲਮਾਂ ਨੇ, ਜ਼ਿਆਦਾਤਰ ਜਿਹੜੇ ਮੈਂ ਕਿਰਦਾਰ ਨਿਭਾਏ ਨੇ ਉਹ ਡੈਫੀਨੇਟਲੀ ਸਿੱਖੀ ਨੂੰ ਰੀਪ੍ਰਜੈਂਟ ਕਰਦੇ ਨੇ। ਪਲੱਸ ਦੋਨੋਂ ਚੀਜ਼ਾਂ ਨੂੰ ਦਿਖਾਉਂਦੇ ਨੇ ਕਿ ਇੱਕ ਲੜਕਾ ਜਿਹੜਾ ਕਲੀਨ ਸ਼ੇਵ ਹੈ ਜਾਂ ਜਿਹੜੀ ਦਾੜੀ ਘੱਟ ਆ, ਔਰ ਉਹ ਕਿੱਦਾਂ ਸਰਦਾਰ ਰੂਪ ਦੇ ਵਿੱਚ ਆਉਂਦਾ ਹੈ। ਸੋ ਆਈ ਐਮ ਵੈਰੀ ਥੈਂਕਫੁਲ ਦੈਟ ਪੀਪਲ ਐਕਸੈਪਟਡ ਮੀ ਲਾਈਕ ਦੈਟ ਐਂਡ ਆਈ ਵਿਲ ਬੀ ਏਬਲ ਟੂ ਡੂ ਦੀਸ ਕਾਇੰਡ ਆਫ ਥਿੰਗਸ। ਹੁਣ ਕਿਰਦਾਰੇ ਸਰਦਾਰ ਦੀ ਅਗਰ ਮੈਂ ਗੱਲ ਕਰਾਂ, ਇਹਦਾ ਟਾਈਟਲ ਇਸ ਚੀਜ਼ ਨੂੰ ਦਿਖਾਉਂਦਾ ਹੈ ਕਿ ਸਰਦਾਰ ਦਾ ਕਿਰਦਾਰ ਕੀ ਹੈ। ਸਾਰੀ ਦੁਨੀਆ ਨੂੰ ਪਤਾ, ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਬਟ ਇਹਦੇ ਦਿਸ ਫਿਲਮ ਇਜ਼ ਐਕਚੁਲੀ ਅ ਸਪੋਰਟਸ ਬੇਸਡ, ਇੱਕ ਇਮੋਸ਼ਨਲ, ਇੱਕ ਡਰਾਮਾ ਕਹਿ ਸਕਦੇ ਹੋ ਤੁਸੀਂ। ਬੋਕਸਿੰਗ ਨੂੰ ਅਸੀਂ ਇਹਦੇ ਵਿੱਚ ਰੀਪ੍ਰਜੈਂਟ ਕਰ ਰਹੇ ਹਾਂ, ਔਰ ਡਿਟੇਲ 'ਚ ਨਾ ਜਾਂਦੇ ਹੋਏ ਸਿਰਫ ਇੰਨੀ ਗੱਲ ਦੱਸਾਂ ਕਿ ਬੋਕਸਿੰਗ ਦਾ, ਬੋਕਸਿੰਗ ਐਸੋਸੀਏਸ਼ਨ ਦੇ ਕੁਝ ਰੂਲਸ ਹੁੰਦੇ ਨੇ, ਰੈਗੂਲੇਸ਼ਨਸ ਹੁੰਦੇ ਨੇ, ਜਿਹਦੇ ਅੰਡਰ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਉਹਨੂੰ ਲੜ ਸਕਦੇ ਹੋ, ਰੀਪ੍ਰਜੈਂਟ ਕਰ ਸਕਦੇ ਹੋ। ਉਹਨਾਂ ਦਾ ਇੱਕ ਐਸਾ ਰੂਲ ਵੀ ਹੈ ਜਿਹਦੇ ਵਿੱਚ ਅਗਰ ਕੇਸ਼ ਰੱਖੇ ਨੇ ਜਾਂ ਤੁਹਾਡੇ ਦਾੜੀ ਹੈ ਜਾਂ ਕੁਛ ਹੈ, ਬਿਕੋਜ਼ ਦੇ ਹੈਵ ਦਿਸ ਪੁਆਇੰਟਸ, ਤੁਸੀਂ ਕੰਪੀਟ ਨਹੀਂ ਕਰ ਸਕਦੇ। ਨਾ ਅਗਰ ਮੈਂ ਕੇਸ਼ਾਂ ਦੀ ਗੱਲ ਕਰਾਂ ਤਾਂ ਸਾਡੇ ਸਿੱਖੀ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਇੱਕ ਚੀਜ਼ ਹੁੰਦੀ ਹੈ, ਜਿਵੇਂ ਪੰਜ ਕਕਾਰ ਹੁੰਦੇ ਨੇ, ਉਹਨਾਂ 'ਚੋਂ ਇੱਕ ਕੇਸ਼ ਕਕਾਰ ਜਿਹੜਾ ਹੁੰਦਾ ਹੈ। ਸੋ ਵਟ ਅਬਾਊਟ ਦ ਸਿੱਖ ਬੋਇਜ਼ ਜਿਹੜੇ ਅੱਜ ਦੀ ਡੇਟ 'ਚ ਬਹੁਤ ਅੱਛੇ ਫਾਈਟਰਸ ਵੀ ਨੇ, ਬਟ ਉਹ ਆਪਣੇ ਧਰਮ ਨੂੰ ਔਰ ਆਪਣੀ ਚੀਜ਼ ਨੂੰ ਨਹੀਂ ਕਨਵਰਟ ਕਰਨਾ ਚਾਹੁੰਦੇ, ਵਟ ਅਬਾਊਟ ਦੈਮ? ਸੋ ਦਿਸ ਇਜ਼ ਦ ਸਬਜੈਕਟ ਵੀ ਆਰ ਟਾਕਿੰਗ ਅਬਾਊਟ, ਕਿਰਦਾਰੇ ਸਰਦਾਰ, ਐਂਡ ਆਈ ਬਿਲੀਵ ਦਿਸ ਇਜ਼ ਅ ਇੰਟਰਨੈਸ਼ਨਲ ਸਬਜੈਕਟ ਫੋਰ ਆਲ ਦ ਪੰਜਾਬੀਜ਼ ਲਿਵਿੰਗ ਆਲ ਅਰਾਊਂਡ ਦ ਵਰਲਡ, ਕਿ ਤੁਸੀਂ ਬੀਂਗ ਅ ਸਰਦਾਰ ਇਸ ਸਪੋਰਟਸ ਨੂੰ ਕਿੱਦਾਂ ਰੀਪ੍ਰਜੈਂਟ ਕਰ ਸਕਦੇ ਹੋ। ਸਰ, ਤੁਹਾਡੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ, ਆਪਾਂ ਚੌਕੀਧਾਨੀ 'ਚ ਖੜੇ ਅਤੇ ਰਾਤ ਦੇ 1 ਵਜੇ ਨੇ, ਬਹੁਤ ਹੈਕਟਿਕ ਤੁਹਾਡਾ ਸਕੇਡਿਊਲ ਹੈ ਅੱਜ ਕੱਲ੍ਹ, ਅਤੇ ਐਗਜੈਕਟਲੀ ਅੱਜ ਕੀ ਫਿਲਮਾਇਆ ਜਾ ਰਿਹਾ ਇੱਥੇ, ਅਤੇ ਸ਼ੂਟਿੰਗ ਦਾ ਕਿੰਨਵਾਂ ਦਿਨ ਹੈ ਅਤੇ ਕਿੰਨਾ ਹੋਰ ਰਹਿ ਗਿਆ? ਜ਼ਰੂਰ, ਇਹ ਫਿਲਮ ਕਿਉਂਕਿ ਸਪੋਰਟਸ ਬੇਸ ਆ ਔਰ ਬਹੁਤ ਹੈਵੀ ਫਿਲਮ ਆ, ਔਰ ਇਹਦਾ ਸ਼ਕੈਡਿਊਲ, ਮਤਲਬ ਹੁਣ ਅਸੀਂ ਅੰਤ 'ਤੇ ਪਹੁੰਚ ਗਏ ਹਾਂ, ਦੋ ਸ਼ਕੈਡਿਊਲ 'ਚ ਇੱਕ ਫਿਲਮ ਕੰਪਲੀਟ ਹੋਈ ਆ, ਆਲਮੋਸਟ ਵੀ ਕੈਨ ਸੇ 35 ਡੇਜ਼ ਪਲੱਸ ਹੋ ਚੁੱਕੇ ਨੇ, ਔਰ ਅੱਜ ਇੱਕ ਗਾਣਾ ਫਿਲਮਾਇਆ ਜਾ ਰਿਹਾ ਚੰਡੀਗੜ੍ਹ ਚੌਕੀਦਾਨੀ ਦੇ ਵਿੱਚ, ਆਪਾਂ ਸ਼ੂਟ ਕਰ ਰਹੇ ਹਾਂ, ਔਰ ਨੂਰਾ ਸਿਸਟਰਸ ਨੇ ਗਾਣਾ ਗਾਇਆ, ਬਹੁਤ ਕਮਾਲ ਦੀ ਲਾਈਨਸ ਨੇ ਗਾਣੇ ਦੀਆਂ, ਇਟਸ ਗੋਨਾ ਬੀ ਰੌਕਿੰਗ ਸੌਂਗ, ਔਰ ਇਸ ਗਾਣੇ 'ਚ ਵੀ ਰਿਪ੍ਰਜੈਂਟ ਕੀਤਾ ਗਿਆ ਹੈ ਕਿ, ਔਰ ਐਕਚੁਅਲੀ ਜਿਹੜੀ ਸੋਹਣੀ ਸੋਹਣੀਆਂ ਕੁੜੀਆਂ ਦੇਖ ਰਹੀਆਂ ਨੇ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਸਰਦਾਰ ਮੁੰਡੇ ਬਹੁਤ ਕਮਾਲ ਹੁੰਦੇ ਨੇ, ਬਹੁਤ ਸੋਹਣੇ ਸੁਨੱਖੇ ਹੁੰਦੇ ਨੇ, ਐਂਡ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਫਿਲਮ। ਬਿਲਕੁਲ, ਉਹ ਤਾਂ ਹੁਣ ਵੀ ਦੇਖਣ ਨੂੰ ਮਿਲ ਰਿਹਾ। ਅਤੇ ਇਸ ਫਿਲਮ ਵਾਸਤੇ ਮੈਂ ਦੱਸਣਾ ਚਾਹਾਂਗਾ ਕਿ
ਮਿਹਨਤ ਬਹੁਤ ਕੀਤੀ ਹੈ, ਸਪੈਸ਼ਲੀ ਫਰੋਮ ਦਾ ਡਾਇਰੈਕਟਰ ਜਤਿੰਦਰ ਜੀਤੂ ਜੀ ਨੇ ਮੈਨੂੰ ਲੈ ਕੇ, ਸਾਰੇ ਕਿਰਦਾਰਾਂ ਨੂੰ ਲੈ ਕੇ, ਕਿਉਂਕਿ ਬਾਕਸਿੰਗ ਸੀ ਸੋ ਅਸੀਂ ਪਹਿਲਾਂ 2 ਮਹੀਨੇ ਪ੍ਰੋਪਰ ਬਾਕਸਿੰਗ ਦੀ ਟ੍ਰੇਨਿੰਗ ਲਿੱਤੀ ਹੈ, ਫਿਜ਼ੀਕ ਉੱਤੇ ਬਹੁਤ ਕੰਮ ਹੋਇਆ, ਅਗੇਨ 6-pack ਐਬਸ ਮੈਨੂੰ ਬਣਾਉਣ ਦਾ ਮੌਕਾ ਮਿਲਿਆ, ਬਾਈਸੈਪਸ ਇੰਪਰੂਵ ਕਰਨ ਦਾ ਮੌਕਾ ਮਿਲਿਆ ਟੀ ਸ਼ਰਟ ਦੇ ਅੰਦਰ ਨੇ ਫਿਲਹਾਲ, ਸੋ ਸਕਰੀਨ ਦੇ ਉੱਤੇ ਦੇਖਣ ਨੂੰ ਮਿਲੇਗਾ। ਬੇਅਰ ਬੋਡੀ ਸ਼ਾਰਟਸ ਨੇ ਕੁਝ ਸੋਸ਼ਲ ਮੀਡੀਆ 'ਤੇ ਮੈਂ ਅਪਲੋਡ ਵੀ ਕੀਤੇ ਨੇ ਔਰ ਬਹੁਤ ਸੋਹਣਾ ਲੋਕਾਂ ਦਾ ਰਿਸਪੋਂਸ ਜੀ। ਅੱਛਾ ਹੁਣ ਜਿਵੇਂ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਰਾਤ ਦੇ 1 ਵਜੇ ਅਜੇ ਵੀ ਸ਼ੂਟਿੰਗ ਚੱਲ ਰਹੀ ਹੈ, ਅਤੇ ਅੱਜ ਕੱਲ੍ਹ ਤੁਸੀਂ ਕਈ ਹੋਰ ਫਿਲਮਾਂ ਵਿੱਚ ਵੀ ਤੁਸੀਂ ਬਿਜ਼ੀ ਹੋ, ਅਤੇ ਕਦੇ ਕਦੇ ਥਕਾਵਟ ਫੀਲ ਹੁੰਦੀ ਹੈ? ਪਤਾ ਨਹੀਂ, ਜਿਹੜੇ ਮੈਨੂੰ ਜਾਣਦੇ ਨੇ ਫਿਲਮ ਇੰਡਸਟਰੀ ਸਾਰੇ ਕਹਿੰਦੇ ਨੇ ਆਮ ਅ ਵਰਕਿੰਗ ਮਸ਼ੀਨ, ਜਿਹੜੇ ਮੇਰੇ ਦੋਸਤ ਨੇ ਫਿਲਮ ਇੰਡਸਟਰੀ ਵਾਲੇ, ਥੈਂਕ ਯੂ ਸੋ ਮਚ ਗਾਈਜ਼। ਐਂਡ ਬਟ ਹਾਂ, ਮੇਰੀ 3 ਫਿਲਮਾਂ ਆ ਰਹੀਆਂ ਨੇ ਨੈਕਸਟ ਈਅਰ 2017 'ਚ, ਪੰਜਾਬੀ ਬਾਈ ਨੇਚਰ ਗੁਰਵੀਰ ਗਰੇਵਾਲ ਜੀ ਨੇ ਡਾਇਰੈਕਟ ਕੀਤੀ ਹੈ, ਰੋਮਾਂਟਿਕ ਕਾਮੇਡੀ ਹੈ, ਇਸ਼ਕਾ ਜੋ ਮੈਂ ਖੁਦ ਪ੍ਰੋਡਿਊਸ ਕੀਤੀ ਹੈ, ਐਂਡ ਕਿਰਦਾਰ ਹੈ ਸਰਦਾਰ। ਬੈਕ ਟੂ ਬੈਕ ਸ਼ੂਟ ਚੱਲ ਰਹੇ ਨੇ, ਰਾਤ ਦੇ 1 ਵਜੇ ਸ਼ੂਟ ਹੋ ਰਿਹਾ, ਬਟ ਉਹਦਾ ਮਜ਼ਾ ਹੀ ਕੀ ਆ ਜਿਹਦੇ ਪੈਸ਼ਨ ਨਾ ਹੋਏ, ਐਂਡ ਵੀ ਵਰਕ ਹੇਅਰ ਫੋਰ ਪੈਸ਼ਨ, ਔਰ ਇਹ ਪੈਸ਼ਨ ਹੀ ਲੋਕਾਂ ਨੂੰ ਪਸੰਦ ਆਏਗਾ। ਔਰ ਬਾਕੀ ਤੁਸੀਂ ਅਗਰ ਫਿਲਮ ਦੇ ਬਾਰੇ ਥੋੜ੍ਹੇ ਮੈਂ ਕਰੈਕਟਰਸ ਬਾਰੇ ਜ਼ਰੂਰ ਦੱਸਣਾ ਚਾਹਾਂਗਾ, ਇੱਕ ਦੋ ਥੋੜ੍ਹਾ ਮਿਊਜ਼ਿਕ ਬਾਰੇ ਵੀ ਅਬਾਊਟ ਇਟ। ਫਿਲਮ ਦੇ ਵਿੱਚ ਬਹੁਤ ਸਾਰੇ ਬਾਲੀਵੁੱਡ ਤੋਂ ਐਕਟਰਸ ਦਿੱਤੇ ਗਏ ਨੇ, ਰਾਣਾ ਜੰਗ ਬਹਾਦੁਰ ਜੀ, ਡੋਲੀ ਬਿੰਦਰਾ, ਦ ਮੇਨ ਐਕਟਰਸ ਇਜ਼ ਨੇਹਾ ਪਵਾਰ, ਐਂਡ ਰਾਜਾ ਮਰਾਜ ਜੀ ਇਜ਼ ਆਲਸੋ ਦੇਅਰ, ਗੁਰਪ੍ਰੀਤ ਚੱਡਾ, ਸੋ ਇਟਸ ਅ ਬ੍ਰਿਲੀਅੰਟ ਕਾਸਟ ਵਰਕਿੰਗ ਔਨ। ਆ ਜਿਹੜੀ ਫਿਲਮ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਥੋੜ੍ਹਾ ਪੋਰਸ਼ਨ ਰਹਿ ਗਿਆ ਸ਼ੂਟ ਕਰਨ, ਉਸ ਤੋਂ ਬਾਅਦ ਫਿਰ ਪੋਸਟ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਜਾਏਗਾ, ਅਤੇ ਅਪਰੋਕਸੀਮੇਟਲੀ ਟੈਂਟੇਟਿਵਲੀ ਇਹ ਫਿਲਮ ਕਦੋਂ ਤੱਕ ਰਿਲੀਜ਼ ਕਰਨ ਦੇ ਪਲਾਨਸ ਹੈ? ਆਈ ਥਿੰਕ ਮੈਂ ਤੁਹਾਨੂੰ ਡਾਇਰੈਕਟਰ ਸਾਹਿਬ ਨਾਲ ਮਿਲਾਨਾ, ਐਂਡ ਹੀ ਕੈਨ ਗਾਈਡ ਯੂ ਇਨ ਅ ਬੈਟਰ ਵੇ, ਪਲੀਜ਼ ਕਮ ਅਲੋਂਗ ਵਿਦ ਮੀ, ਹੀ ਇਜ਼ ਅਵਰ ਡਾਇਰੈਕਟਰ ਜਤਿੰਦਰ ਜੀਤੂ। ਇਸ ਵੇਲੇ ਸਾਡੇ ਨਾਲ ਕਿਰਦਾਰ ਏ ਸਰਦਾਰ ਦੇ ਡਾਇਰੈਕਟਰ ਜਤਿੰਦਰ ਜੀਤੂ ਜੁੜ ਗਏ ਨੇ, ਅਤੇ ਦੇਖ ਸਕਦੇ ਹਾਂ ਕਿ ਬੜਾ ਅੱਛਾ ਮਾਹੌਲ ਹੈ ਇਸ ਵੇਲੇ ਇੱਥੇ ਸੈੱਟ ਦਾ, ਅਤੇ ਰਾਤ ਦੇ 1 ਵਜੇ ਮਗਰ ਪਤਾ ਹੀ ਨਹੀਂ ਚੱਲ ਰਿਹਾ ਕਿ ਇੰਨਾ ਟਾਈਮ ਹੋ ਗਿਆ। ਅਤੇ ਬੀਇੰਗ ਅ ਡਾਇਰੈਕਟਰ, ਬੀਇੰਗ ਅ ਫਿਲਮ ਮੇਕਰ, ਇਹ ਜਿਹੜਾ ਪੈਸ਼ਨ ਹੈ ਇਹ ਜਾਰੀ ਰਹਿੰਦਾ ਕੰਟੀਨਿਊਸਲੀ, ਭਾਵੇਂ ਰਾਤ ਦੇ 1 ਵਜੇ ਹੋਣ, ਭਾਵੇਂ ਦੁਪਹਿਰ ਦੇ 1 ਵਜੇ ਹੋਣ? ਜੀ, ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਪੀ ਟੀ ਸੀ ਦਾ ਧੰਨਵਾਦ ਕਰਦੇ ਹਾਂ ਕਿ ਨਿਮਾਣਿਆਂ ਦੇ ਸੈੱਟ ਦੇ ਉੱਤੇ ਆਏ ਨੇ, ਔਰ ਮੇਰਾ ਨਾਮ ਹੈ ਜਤਿੰਦਰ ਸਿੰਘ ਜੀਤੂ, ਮੈਂ ਸਿੰਘ ਨਾਮ ਐਡਜਸਟ ਇਸ ਕਰਕੇ ਕਰ ਰਿਹਾ ਬਿਕੋਜ਼ ਮੈਨੂੰ ਲੱਗਦਾ ਹੈ ਕਿ ਮਤਲਬ ਜੇ ਅਸੀਂ ਸਿੰਘ ਹੈਗੇ ਹਾਂ ਤਾਂ ਉਸਨੂੰ ਜ਼ਰੂਰ ਦੁਨੀਆ ਨੂੰ ਦੱਸਣਾ ਚਾਹੀਦਾ ਵਾ। ਬੜੀ ਵਧੀਆ ਤੁਸੀਂ ਜਿਹੜਾ ਕੁਐਸਚਨ ਪੁੱਟ ਕੀਤਾ ਕਿ ਵੀ ਇਹ ਪੈਸ਼ਨ ਜਾਰੀ ਰਹਿੰਦਾ, ਦੇਖੋ ਜੀ, ਇੱਕ ਕੰਮ ਦੀ ਲਾਲਸਾ ਹੁੰਦੀ ਹੈ, ਚੰਗੇ ਆਊਟਪੁੱਟ ਕੱਢਣ ਦੀ ਇੱਕ ਲਾਲਸਾ ਹੁੰਦੀ ਹੈ, ਅਤੇ ਇਸ ਵਿੱਚ ਕਦੋਂ 72-72 ਘੰਟੇ ਕੰਮ ਲਗਾਤਾਰ ਕਰਦੇ ਹਾਂ ਪਤਾ ਹੀ ਨਹੀਂ ਲੱਗਦਾ। ਤਾਂ ਹੁਣ ਅਸੀਂ ਲਗਾਤਾਰ ਹੀ ਪਿੱਛੋਂ ਆਏ ਸੀਗੇ, ਸ਼ੂਟ ਕਰਦੇ ਕਰਦੇ ਰੈਗੂਲਰ ਆਏ ਹਾਂ, ਔਰ ਸੋਲਨ ਤੋਂ ਆਏ ਹਾਂ, ਜਿੱਥੇ ਚਹਿਲ ਤੋਂ ਵਾਪਸ ਆਏ ਹਾਂ, ਆ ਕੇ ਸਿੱਧਾ ਡਾਇਰੈਕਟ ਇੱਥੇ ਕੰਮ ਕਰ ਰਹੇ ਹਾਂ, ਔਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਉਹ ਥਕਾਵਟ ਹੋਈ ਹੋਵੇ ਜਾਂ ਕੋਈ ਅਸੀਂ ਰੈਸਟਲੈਸ ਹੋਈ ਹੋਈ, ਆਈ ਡੋਂਟ ਥਿੰਕ। ਅਤੇ ਸੈੱਟ 'ਤੇ ਜਿਸ ਤਰ੍ਹਾਂ ਕਿ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਠੰਡ ਬਹੁਤ ਹੈ, ਮਾਹੌਲ ਜਿਹੜਾ ਉਹ ਵੀ ਕਾਫੀ ਕੂਲ ਹੈ ਠੰਡ ਦੇ ਨਾਲ ਨਾਲ, ਅਤੇ ਵਾਟ ਕਾਇੰਡ ਆਫ ਡਾਇਰੈਕਟਰ ਆ ਰਹੀ ਹੋ, ਕਿਸ ਤਰ੍ਹਾਂ ਦੇ ਡਾਇਰੈਕਟਰ ਹੋ, ਅਤੇ ਇੱਕ ਤੁਹਾਡੇ ਕੰਮ ਕਰਨ ਦਾ ਜਿਹੜਾ ਇਸ ਫਿਲਮ ਦੇ ਕਿਰਦਾਰ ਏ ਸਰਦਾਰ ਵਿੱਚ ਕੀ ਪ੍ਰੋਸੈਸ ਹੈ? ਪਹਿਲੀ ਮੂਵੀ ਆ ਐਜ਼ ਏ ਫੀਚਰ ਮੂਵੀ ਮੈਂ ਕਰ ਰਿਹਾ, ਮੈਨੂੰ ਇੱਕ ਐਕਸਪੀਰੀਅੰਸ ਵੀ ਹਰ ਤਰ੍ਹਾਂ ਦਾ ਮਿਲ ਰਿਹਾ ਇੱਥੇ, ਸੋ ਮੈਨੂੰ ਇੱਥੇ ਲੱਗ ਰਿਹਾ ਕਿ ਹਰ ਬੰਦਾ ਕੋਆਪਰੇਟ ਕਰ ਰਿਹਾ, ਔਰ ਇੱਥੇ ਨਾ ਇੱਕ ਜਿਵੇਂ ਠੰਡ ਦਾ ਮਾਹੌਲ ਆ, ਹਰ ਬੰਦੇ ਨੂੰ ਨਾ ਇੱਕ ਉਹ ਚਾਹੀਦੀ ਹੁੰਦੀ ਆ, ਮਤਲਬ ਯੂ ਨੋ ਕਿੱਦਾਂ, ਮਤਲਬ ਕੰਮ ਕਰ ਰਹੇ ਹਾਂ ਅਸੀਂ ਅਤੇ ਹਰ ਬੰਦਾ ਇਹ ਚਾਹੁੰਦਾ ਵਾ ਕਿ ਜਿਸ ਤਰ੍ਹਾਂ ਮਤਲਬ ਉਹਨੂੰ ਕੰਫਰਟ ਲੈਵਲ ਜਿਹੜਾ ਉਹ ਪ੍ਰੋਪਰ ਹੋਵੇ, ਸੋ ਮੈਂ ਸੋਚਦਾ ਵਾਂ ਕਿ ਮਤਲਬ ਜਿੱਦਾਂ ਹੁਣ ਐਂ ਬਿਲਕੁਲ ਰਿਲੈਕਸ ਹਾਂ ਅਸੀਂ, ਹੈ ਨਾ, ਟੀ ਬ੍ਰੇਕ ਹੋਈ ਆ, ਅਤੇ ਕੋਈ ਉੱਧਰ ਬੈਠਾ ਆਰਾਮ ਨਾਲ ਗੱਲਾਂ ਕਰ ਰਿਹਾ, ਕੋਈ ਇੱਧਰ ਕਿਸੇ ਨੂੰ ਪ੍ਰੈਸ਼ਰ ਨਹੀਂ ਦਿੱਤਾ ਜਾ ਰਿਹਾ ਖਾਸ ਕਰਕੇ। ਤੋ ਮੈਂ ਇੰਟਰਪਟ ਕਰ ਰਿਹਾ, ਇਜ਼ ਅ ਵੈਰੀ ਵੈਰੀ ਟੈਲੈਂਟਡ ਐਂਡ ਕ੍ਰੀਏਟਿਵ ਡਾਇਰੈਕਟਰ, ਐਂਡ ਇੰਡਸਟਰੀ ਵਿਲ ਸੀ ਇਟ ਇਨ ਦ ਨੈਕਸਟ ਈਅਰ ਅਬਾਊਟ ਇਟ, ਸੋ ਵੀ ਆਰ ਕਮਿੰਗ ਅਪ ਵਿਦ ਕਿਰਦਾਰ ਏ ਸਰਦਾਰ।
ਐਂਡ ਵੀ ਜਸਟ ਨੀਡ ਆਲ ਦਾ ਬਲੇਸਿੰਗਸ ਫਰੋਮ ਐਵਰੀਬਡੀ ਅਬਾਊਟ ਇਟ। ਥੈਂਕ ਯੂ ਨਾ ਭਾਅ ਜੀ। ਅਸਲ ਦੇ ਵਿੱਚ ਇੱਕ ਬਾਬਾ ਜੀ ਨੇ ਕਿਹਾ ਸੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਨਾ ਭਾਅ ਜੀ ਕਾ ਬੜਾ ਸੋਹਣਾ ਕਿਰਦਾਰ ਹੈਗਾ ਕਿਉਂਕਿ ਇਹ ਆਪ ਇਸ ਤਰ੍ਹਾਂ ਦੇ ਤਾਂ ਹੀ ਇਹਨਾਂ ਨੂੰ ਸਾਰੇ ਵਧੀਆ ਲੱਗਦੇ ਨੇ। ਸੋ ਤਾਂ ਹੀ ਮੈਂ ਸਮਝਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਭਾਅ ਜੀ ਨੇ ਇੰਨੀਆਂ ਜ਼ਿਆਦਾ ਫਿਲਮਾਂ ਕੀਤੀਆਂ ਨੇ, ਸੋ ਇਹਨਾਂ ਲਈ ਮੇਰੀ ਦਿਲੋਂ ਰਿਸਪੈਕਟ ਆ। ਸਾਡੀ ਫਿਲਮ ਦੇ ਵਿੱਚ ਮੱਖਣ ਭਾਅ ਜੀ ਨੇ, ਕੇ ਐਸ ਮੱਖਣ ਜੀ, ਬਹੁਤ ਬਹੁਤ ਵੱਡਾ ਨਾਮ ਉਹਨਾਂ ਦਾ, ਉਹਨਾਂ ਨੇ ਵੀ ਇਸ ਫਿਲਮ ਦੇ ਵਿੱਚ ਬਹੁਤ ਸੋਹਣਾ ਰੋਲ ਪਲੇ ਕੀਤਾ। ਬੇਸਿਕਲੀ ਉਹਨਾਂ ਦੇ ਬੇਟੇ ਦਾ ਰੋਲ ਕਰ ਰਹੇ ਨੇ ਨਾ ਭਾਅ ਜੀ ਇਹਨਾਂ ਦਾ ਨਾਮ ਫਤਿਹ ਹੈ ਮੂਵੀ ਦੇ ਵਿੱਚ। ਔਰ ਤੁਸੀਂ ਮੂਵੀ ਦੇਖੋ, ਆਪਣਾ ਬੱਚਾ ਤਾਂ ਸਾਰਿਆਂ ਨੂੰ ਸੋਹਣਾ ਲੱਗਦਾ, ਬਟ ਮੈਨੂੰ ਇਉਂ ਲੱਗਦਾ ਵਾ ਕਿ ਫਿਲਮ ਵੇਖਣ ਤੋਂ ਬਾਅਦ ਇਹਦੀ ਮੈਨ ਟੂ ਮੈਨ ਜਿਹੜੀ ਆ ਉਹ ਪਬਲਿਸਿਟੀ ਜ਼ਰੂਰ ਹੋਏਗੀ, ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਬਜੈਕਟ ਹੈ ਲੰਬਾ ਜਾਣ ਵਾਲਾ। ਅਤੇ ਅਸੀਂ ਕਿਰਦਾਰੇ ਸਰਦਾਰ ਦੇ ਔਨ ਲੋਕੇਸ਼ਨ 'ਤੇ ਬੈਠੇ ਹਾਂ, ਇਸ ਦੇ ਸੈੱਟ 'ਤੇ ਬੈਠੇ ਹਾਂ, ਅਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਸ ਫਿਲਮ ਦੀ ਲੀਡ ਐਕਟਰੈਸ ਨੇਹਾ ਪਵਾਰ। ਵੈਲਕਮ। ਪਹਿਲਾਂ ਤਾਂ ਮੇਰੀ ਤਰਫੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਮੇਰੀ ਪਹਿਲੀ ਪੰਜਾਬੀ ਮੂਵੀ ਹੈ, ਇਸ ਤੋਂ ਪਹਿਲਾਂ ਮੈਂ ਹਿੰਦੀ ਫਿਲਮ ਔਰ ਸਾਊਥ ਦੀ ਫਿਲਮਸ ਕੀਤੀਆਂ ਹੈ, ਪਰ ਮੈਂ ਬਹੁਤ ਐਕਸਾਈਟਿਡ ਹਾਂ ਇਹ ਫਿਲਮ ਲਈ। ਕਿਰਦਾਰੇ ਸਰਦਾਰ ਬਹੁਤ ਵਧੀਆ ਮੂਵੀ ਬਣ ਕੇ ਆ ਰਹੀ ਹੈ, ਔਰ ਸਾਰਿਆਂ ਤੋਂ ਜ਼ਿਆਦਾ ਚੰਗਾ ਮੈਨੂੰ ਇਸ ਲਈ ਲੱਗ ਰਿਹਾ ਕਿਉਂਕਿ ਮੈਂ ਇਹ ਫਿਲਮ ਦੀ ਸ਼ੁਰੂਆਤ ਜੋ ਕੀਤੀ ਹੈ ਉਹ ਅੰਮ੍ਰਿਤਸਰ ਤੋਂ ਕੀਤੀ ਹੈ। ਮੇਰੇ ਪਾਪਾ ਕਹਿੰਦੇ ਨੇ ਕਿ ਉਹ ਸਾਡੇ ਗੁਰੂਆਂ ਦੀ ਧਰਤੀ ਹੈ, ਤਾਂ ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਸ਼ੂਟ ਕਰਕੇ, ਤਾਂ ਕਿਉਂਕਿ ਪਹਿਲੀ ਮੂਵੀ ਹੈ ਉਹ ਵੀ ਆਪਣੀ ਕਮਿਊਨਿਟੀ ਨੂੰ ਅਸੀਂ ਅੱਗੇ ਚੱਕਿਆ। ਜਿੱਦਾਂ ਅੱਜ ਮੇਰਾ ਕੈਰੇਕਟਰ ਜੋ ਮੈਂ ਪਲੇ ਕਰ ਰਹੀ ਹਾਂ ਫਿਲਮ 'ਚ ਉਹ ਇਸ ਤਰੀਕੇ ਦਾ ਹੈ, ਜਿੱਦਾਂ ਅੱਜ ਕੱਲ੍ਹ ਦੀ ਸਿੱਖ ਜੋ ਕੁੜੀਆਂ ਨੇ ਉਹ ਮਤਲਬ ਸਰਦਾਰਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀਆਂ, ਤਾਂ ਉਸ ਮਤਲਬ ਐਂਗਲ ਨੂੰ ਵੀ ਅਸੀਂ ਸਾਹਮਣੇ ਲੈ ਕੇ ਆਵਾਂਗੇ, ਤਾਂ ਉਸ ਬਾਰੇ 'ਚ ਮਤਲਬ ਮੇਰਾ ਕੈਰੈਕਟਰ ਦਿਖੇਗਾ ਤੁਹਾਨੂੰ। ਅੱਛਾ, ਆਪਾਂ ਫਿਲਹਾਲ ਇਸ ਔਨ ਲੋਕੇਸ਼ਨ ਦੀ ਗੱਲ ਕਰੀਏ, ਇਸ ਵੇਲੇ ਜਿਹੜਾ ਮਾਹੌਲ ਹੈ ਬੜਾ ਵਧੀਆ ਹੈ, ਕਾਫੀ ਮਿਊਜ਼ੀਕਲ ਮਾਹੌਲ ਵੀ ਹੋ ਪਿਆ, ਨਾਲੇ ਠੰਡ ਵੀ ਬਹੁਤ ਹੈ, ਅਤੇ ਕਿੱਦਾਂ ਤੁਹਾਨੂੰ ਇੱਥੇ ਸ਼ੂਟ ਕਰਕੇ ਲੱਗ ਰਿਹਾ, ਸਿੰਸ ਇਸ ਇਜ਼ ਯੋਰ ਫਸਟ ਪੰਜਾਬੀ ਫਿਲਮ, ਅਤੇ ਆਹ ਮਾਹੌਲ ਇੱਥੇ ਪੰਜਾਬ ਦਾ ਵਾਈਬਸ, ਅਤੇ ਜਿਹੜਾ ਪੰਜਾਬੀ ਫਿਲਮਾਂ ਦਾ ਆਪਣਾ ਇੱਕ ਕਲਚਰ ਹੈ, ਅਤੇ ਸਾਰਾ ਐਕਸਪੀਰੀਅੰਸ ਕਿਵੇਂ? ਮੇਰਾ ਐਕਸਪੀਰੀਅੰਸ ਬਹੁਤ ਵਧੀਆ ਆ ਰਿਹਾ ਹੈ ਇਸ ਤੋਂ ਪਹਿਲਾਂ, ਕਿਉਂਕਿ ਮੈਂ ਪੰਜਾਬੀ ਮੂਵੀ ਕਦੇ ਕੀਤੀ ਨਹੀਂ ਸੀ। ਐਕਚੁਅਲੀ ਸਾਡੀ ਟੀਮ ਬਹੁਤ ਅੱਛੀ ਹੈ, ਜੀਤੂ ਜੀ ਜੋ ਸਾਡੇ ਡਾਇਰੈਕਟਰ ਨੇ, ਹੀ ਇਜ਼ ਵੈਰੀ ਸਵੀਟ, ਸਾਰੇ ਬਹੁਤ ਐਡਜਸਟਿੰਗ ਹੈ, ਕੋਆਪਰੇਟਿਵ ਹੈ, ਇੱਕ ਫੈਮਲੀ ਐਟਮੋਸਫੀਅਰ ਬਣ ਜਾਂਦਾ, ਕਿਉਂਕਿ ਮੈਂ ਪੰਜਾਬਣ ਹਾਂ ਖੁਦ, ਆਈ ਐਮ ਅ ਸਿੱਖਣੀ, ਤਾਂ ਮੇਰੇ ਵੀ ਸਾਡਾ ਵੀ ਪੂਰਾ ਜੋ ਪਰਿਵਾਰ ਹੈ ਪਿੱਛੋਂ ਪੰਜਾਬ ਤੋਂ ਹੈ, ਤਾਂ ਜੋ ਆਪਣੀ ਕਮਿਊਨਿਟੀ 'ਚ ਇੱਕ ਕੰਫਰਟ ਲੈਵਲ ਹੁੰਦਾ ਹੈ, ਜਿੱਦਾਂ ਮੈਂ ਹੁਣ ਤਾਮਿਲ ਮੂਵੀ ਕੀਤੀ ਸੀਗੀ, ਤਾਂ ਅਸੀਂ ਉੱਥੇ ਜਾਈਏ ਤਾਂ ਉੱਦਾਂ ਦੇ ਮਾਹੌਲ 'ਚ ਸਾਨੂੰ ਢਲਣਾ ਪੈਂਦਾ ਹੈ, ਪਰ ਇੱਥੇ ਕੰਫਰਟ ਲੈਵਲ ਡਿਫਰੈਂਟ ਹੈ, ਤਾਂ ਇੱਦਾਂ ਲੱਗਦਾ ਕਿ ਸਾਰੇ ਆਪਣੇ ਪਰਿਵਾਰ ਦੇ ਸਾਰੇ ਇਕੱਠੇ ਹੋ ਕੇ ਇੱਕ ਫੈਮਲੀ ਦੀ ਤਰ੍ਹਾਂ ਸ਼ੂਟ ਕਰ ਰਹੇ ਹਾਂ।